ਸਤਿ ਸ਼੍ਰੀ ਅਕਾਲ ਜੀ ਸਾਰਿਆਂ ਨੂੰ। ਆਪਣੀ ਪੰਜਾਬੀ ਦੀ ਕੁਐਸਚਨ ਸੀਰੀਜ਼ ਦੇ ਅੱਗੇ ਨੈਕਸਟ 5 ਕੁਐਸਚਨ ਲੈ ਕੇ ਅਸੀਂ ਫਿਰ ਹਾਜ਼ਰ ਹੋਏ ਹਾਂ। ਅੱਜ ਦਾ ਸਾਡਾ ਕੁਐਸਚਨ ਹੈ ਜੀ, ਫਸਟ ਕੁਐਸਚਨ ਹੈ, ਬਣਤਰ ਦੇ ਆਧਾਰ 'ਤੇ ਵਾਕ ਕਿੰਨੇ ਪ੍ਰਕਾਰ ਦੇ ਹੁੰਦੇ ਆ? ਅਤੇ ਸਾਰਿਆਂ ਨੂੰ ਪਤਾ ਬਣਤਰ ਦੇ ਆਧਾਰ 'ਤੇ ਵਾਕ 3 ਪ੍ਰਕਾਰ ਦੇ ਹੁੰਦੇ ਆ। ਕੁਐਸਚਨ ਨੰਬਰ 2 ਹੈ ਜੀ, ਬੁੱਲੇ ਸ਼ਾਹ ਦਾ ਮੁੱਢਲਾ ਨਾਂ ਕੀ ਸੀ? ਜਾਂ ਉਹਦੇ ਬਚਪਨ ਦਾ ਨਾਂ, ਮਾਧੋ ਲਾਲ, ਬੁੱਲਾ, ਅਬਦੁੱਲਾ, ਸ਼ਾਹ ਹੁਸੈਨ। ਤਾਂ ਇਹਦਾ ਸਹੀ ਆਂਸਰ ਹੈ ਜੀ ਅਬਦੁੱਲਾ, ਮਾਧੋ ਲਾਲ ਸ਼ਾਹ ਹੁਸੈਨ ਦਾ ਨਾਂ ਸੀ। ਕੁਐਸਚਨ ਨੰਬਰ 3 ਹੈ ਜੀ, ਨਜਾਬਤੀ ਬਾਰ ਦਾ ਸੰਬੰਧ ਹੈ ਕਿਹਦੇ ਨਾਲ ਸੰਬੰਧ ਹੈ? ਦੁਰਗਾ ਦੇਵੀ ਦੇ ਨਾਲ, ਸਿੱਖਾਂ ਦੇ ਅੰਗਰੇਜ਼ਾਂ ਦੇ ਯੁੱਧ ਦੇ ਨਾਲ, ਚੱਠਿਆਂ ਦੀ ਵਾਰ, ਨਾਦਰ ਸ਼ਾਹ ਦੇ ਹਮਲੇ। ਅਤੇ ਇਹਦਾ ਸੰਬੰਧ ਹੈ ਜੀ, ਨਾਦਰ ਸ਼ਾਹ ਨੇ ਜਦੋਂ ਭਾਰਤ 'ਤੇ ਹਮਲਾ ਕੀਤਾ ਸੀ 1739 ਦੇ ਵਿੱਚ, ਕਰਨਾਲ ਦੀ ਲੜਾਈ ਹੋਈ ਹੈ ਜਿਹਦੇ ਵਿੱਚ, ਅਤੇ ਜਿਹਦੇ ਵਿੱਚ ਕੀ ਸੀ, ਭਾਰਤ ਦਾ ਬਾਦਸ਼ਾਹ ਸੀਗਾ ਮੁਹੰਮਦ ਸ਼ਾਹ ਰੰਗੀਲਾ। ਕੁਛ ਗੱਲਾਂ ਤੁਸੀਂ ਨਜਾਬਤ ਦੀ ਵਾਰ ਦੇ ਨਾਲ ਸੰਬੰਧਿਤ ਯਾਦ ਰੱਖਣੀਆਂ। ਦੁਰਗਾ ਦੇਵੀ ਦਾ ਸੰਬੰਧ ਹੈ ਜੀ ਚੰਡੀ ਦੀ ਵਾਰ ਦੇ ਨਾਲ, ਇਹ ਤੁਹਾਨੂੰ ਸਾਰਿਆਂ ਨੂੰ ਪਤਾ। ਜਿਹੜੀ ਰਚਨਾ ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ ਹੈ ਅਤੇ ਪੰਜਾਬੀ ਦੀ ਪਹਿਲੀ ਪ੍ਰਮਾਣਿਤ ਵਾਰ ਹੈ ਚੰਡੀ ਦੀ ਵਾਰ। ਸਿੱਖਾਂ ਅਤੇ ਅੰਗਰੇਜ਼ਾਂ ਦਾ ਯੁੱਧ, ਇਹ ਜੰਗਨਾਮਾ ਜੀ ਸਿੰਘਾਂ ਅਤੇ ਫਰੰਗੀਆਂ ਦਾ, ਸ਼ਾਹ ਮੁਹੰਮਦ ਦਾ। ਨੈਕਸਟ ਕੁਐਸਚਨ ਹੈ ਜੀ ਅੱਜ ਦਾ, ਨਜਾਬਤ ਦੀ ਵਾਰ ਦਾ ਸੰਬੰਧ ਕਿਸ ਦੇਸੀ ਮਹੀਨੇ ਦੇ ਨਾਲ ਹੈ? ਅਤੇ ਇਹਦਾ ਸੰਬੰਧ ਹੈ ਜੀ ਭਾਦੋ ਦੇ ਨਾਲ। ਅੱਜ ਦਾ ਆਪਣਾ ਲਾਸਟ ਕੁਐਸਚਨ ਹੈ ਜੀ, ਕਿਸ ਗੁਰੂ ਦੀ ਰਚਨਾ ਸ਼੍ਰੀ ਗੁਰੂ ਗ੍ਰੰਥ ਸਾਹਿਬ ਵਿੱਚ ਦਰਜ ਨਹੀਂ ਹੈ? ਤਾਂ ਕਿਹਦੀ ਨਹੀਂ ਹੈ ਜੀ? ਸ਼੍ਰੀ ਗੁਰੂ ਗੋਬਿੰਦ ਸਿੰਘ ਜੀ ਦੀ। ਉਹਨਾਂ ਦੀ ਜਿਹੜੀ ਬਾਣੀ ਹੈ ਉਹ ਕਾਹਦੇ ਵਿੱਚ ਦਰਜ ਹੈ? ਦਸਮ ਗ੍ਰੰਥ ਦੇ ਵਿੱਚ, ਜਿਹਦਾ ਸੰਕਲਨ 1921 ਦੇ ਵਿੱਚ ਕੀਤਾ ਸੀ। ਤਾਂ ਤੁਹਾਡੇ ਲਈ ਅੱਜ ਦਾ ਜਿਹੜਾ ਕੁਐਸਚਨ ਉਹ ਇਹ ਹੈ ਜੀ, ਤੁਸੀਂ ਦੱਸਣਾ ਹੈ ਵੀ ਦਸਮ ਗ੍ਰੰਥ ਦਾ ਸੰਕਲਨ ਆ ਜਿਹੜਾ 1921 ਵਿੱਚ ਕਿਸਨੇ ਕੀਤਾ ਸੀ? ਤਾਂ ਅੱਜ ਦੇ ਆਪਣੇ ਕੁਐਸਚਨ ਕੰਪਲੀਟ ਹੁੰਦੇ ਆ। ਵੀਡੀਓ ਦੇਖਣ ਦੇ ਲਈ ਬਹੁਤ ਬਹੁਤ ਧੰਨਵਾਦ। ਜੇ ਤੁਹਾਨੂੰ ਸਾਡੀ ਇਹ ਸੀਰੀਜ਼ ਪਸੰਦ ਆ ਰਹੀ ਹੈ ਤਾਂ ਲਾਈਕ ਕਰਨਾ, ਸ਼ੇਅਰ ਕਰਨਾ, ਕਮੈਂਟ ਕਰਨਾ ਅਤੇ ਚੈਨਲ ਨੂੰ ਸਬਸਕ੍ਰਾਈਬ ਕਰਨਾ। ਅੱਜ ਦੇ ਲਈ ਇੰਨਾ ਹੀ। ਥੈਂਕ ਯੂ, ਹੈਵ ਏ ਨਾਈਸ ਡੇ।